ਮੈਂ ਅਖਬਾਰ ਦੇ ਵਿੱਚ ਪੜ੍ਹਿਆ ਪਿਛਲੇ ਇੱਕ ਸਾਲ ਤੋਂ ਸਿਵਲ ਹੋਸਪਿਟਲ ਨਵਾਂਸ਼ਹਿਰ ਦੇ ਵਿੱਚ ਹੱਡੀਆਂ ਵਾਲਾ ਕੋਈ ਵੀ ਡਾਕਟਰ ਮੌਜੂਦ ਨਹੀਂ ਆ। ਇਹ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਸ ਮਾਮਲੇ ਨੂੰ ਮੈਂ ਬੜੀ ਗੰਭੀਰਤਾ ਨਾਲ ਦੇਖਦਾ ਸਰਬਜੀਤ, ਕਿਉਂਕਿ ਕਾਰਨ ਇਹ ਹੈ ਕਿ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ, ਔਰ ਅਸੀਂ ਇਸ ਖਬਰ ਤੋਂ ਸਮਝੀਏ ਤਾਂ ਮਤਲਬ ਇੱਕ ਸਾਲ ਤੋਂ ਆਪਣੀ ਕੁਰਸੀ 'ਤੇ ਰੱਬ ਆ ਕੇ ਬੈਠੇ ਨਹੀਂ। ਗੱਲ ਕਰ ਰਹੇ ਆਪਾਂ ਹੱਡੀਆਂ ਵਾਲੇ ਡਾਕਟਰ ਦੀ, ਸਿਵਲ ਹਸਪਤਾਲ ਨਵਾਂਸ਼ਹਿਰ ਦੀ। ਸਾਥੀਓ, ਇਹ ਖਬਰ ਜਿਹੜੀ ਹੈ ਅਸੀਂ ਵੀ ਪੜ੍ਹੀ ਆ, ਮਨੋਰੰਜਨ ਕਾਲੀਆ ਹੁਣ ਨੇ ਖਬਰ ਲਿਖੀ ਹੈ, ਜਗਬਾਣੀ ਵਿੱਚ ਜਿਹੜੀ ਪ੍ਰਕਾਸ਼ਿਤ ਹੋਈ ਹੈ, ਜਗਬਾਣੀ ਵਿੱਚ ਜਿਹੜੀ ਇਹ ਛਾਪੀ ਗਈ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਸਾਲ ਤੋਂ ਹੱਡੀਆਂ ਵਾਲਾ ਡਾਕਟਰ ਜਿਹੜਾ ਆ ਉਹ ਮੌਜੂਦ ਹੀ ਨਹੀਂ ਹੈ ਸਿਵਲ ਹੋਸਪਿਟਲ ਵਿੱਚ। ਅਸੀਂ ਸਾਰੇ ਗੱਲ ਸਮਝਦੇ ਹਾਂ ਕਿ ਜਦ ਦਾ ਬਾਈਪਾਸ ਬਣਿਆ, ਬੜੀ ਵਾਰ ਮੈਂ ਰਿਪੋਰਟਾਂ ਪੇਸ਼ ਵੀ ਕਰ ਚੁੱਕਾ ਕਿ 100 ਤੋਂ ਵੱਧ ਜਿਹੜੇ ਮਾਮਲੇ ਦਰਜ ਕੀਤੇ ਜਾਂਦੇ ਐਕਸੀਡੈਂਟ ਦੇ, ਜਿਹਦੇ ਵਿੱਚ ਲੋਕ ਗੰਭੀਰ ਰੂਪ ਵਿੱਚ ਫੱਟੜ ਹੋ ਜਾਂਦੇ ਆ, ਫਿਰ ਉਹਨਾਂ ਨੂੰ ਸਿਵਲ ਹੋਸਪਿਟਲ ਵਿਖੇ ਲਿਜਾਇਆ ਜਾਂਦਾ, ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ PGI। ਬਹੁਤ ਕੇਸਾਂ ਵਿੱਚ ਅਸੀਂ ਇੱਦਾਂ ਦੇਖਦੇ ਹਾਂ। ਔਰ ਇਕੱਲਾ ਇਹ ਨਹੀਂ ਹੈ ਕਿ ਲੋਕ ਜਿਹੜੇ ਐਕਸੀਡੈਂਟ ਵਿੱਚ ਫੱਟੜ ਹੁੰਦੇ ਆ ਉਹਨਾਂ ਨੂੰ ਸਿਵਲ ਹੋਸਪਿਟਲ ਵਿਖੇ ਲਿਜਾਇਆ ਜਾਂਦਾ, ਕਈ ਵੇਲੇ ਕੋਈ ਸਲਿੱਪ ਕਰ ਜਾਂਦਾ, ਕਈ 'ਤੇ ਕੋਈ ਘਰ ਡਿੱਗ ਜਾਂਦਾ, ਪੌੜੀਆਂ 'ਚੋਂ ਡਿੱਗ ਜਾਂਦਾ, ਜਾਂ ਕਿਸੇ ਦੇ ਗੋਡੇ 'ਤੇ ਸੱਟ ਲੱਗੀ ਹੁੰਦੀ ਹੈ, ਕਿਸੇ ਦਾ ਐਂਕਲ ਮੁੜ ਜਾਂਦਾ, ਉਹਨਾਂ ਨੂੰ ਜਦ ਸਿਵਲ ਹੋਸਪਿਟਲ ਵਿਖੇ ਲਿਜਾਇਆ ਜਾਂਦਾ, ਕਿਉਂਕਿ ਹਰ ਇੱਕ ਤਾਂ ਸਮਰੱਥਾ ਹੈ ਨਹੀਂ ਕਿ ਬਾਹਰੋਂ ਚੈੱਕ ਕਰਵਾ ਲਿਓ, ਕਿਸੇ ਵੀ ਨਿੱਜੀ ਹਸਪਤਾਲ ਵੱਡੇ ਚਲੇ ਜਾਵੇ, ਉਹ ਜਦੋਂ ਜਾਂਦੇ ਆ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ। ਮਤਲਬ ਇੱਕ ਸਾਲ ਤੋਂ ਡਾਕਟਰ ਐਬਸੈਂਟ ਹੈ, ਪਰ ਲੋਕ ਇਹ ਗੱਲ ਕਹਿੰਦੇ ਆ ਕਿ ਜਿਨ੍ਹਾਂ ਨੇ ਡਾਕਟਰਾਂ ਦੀ ਅਵੇਲੇਬਿਲਿਟੀ ਕਰਾਉਣੀ ਹੈ ਉਹ ਐਬਸੈਂਟ ਮਾਈਂਡਡ ਹੋ ਚੁੱਕੇ ਆ, ਲੋਕਾਂ ਬਾਰੇ ਸੋਚਦੇ ਨਹੀਂ ਆ। ਸਵੇਰ ਤੋਂ ਹੀ ਬਹੁਤ ਸਾਰੇ ਲੋਕ ਜਿਹੜੇ OPD ਵਿੱਚ ਖੜ੍ਹੇ ਹੁੰਦੇ ਆ, ਜਿਹਨਾਂ ਨੂੰ ਨਹੀਂ ਪਤਾ ਕਿ ਔਰਥੋ ਦਾ ਡਾਕਟਰ ਅਵੇਲੇਬਲ ਨਹੀਂ ਆ, ਉਹ ਪਰਚੀ ਲੈ ਕੇ ਜਾਂਦੇ ਆ। ਪਰਚੀ 'ਤੇ ਫਿਰ ਤਾਂ ਬਸ ਪੈਨ ਹੀ ਚੈੱਕ ਕੀਤਾ ਜਾਂਦਾ, ਚੱਲਦਾ ਕਿ ਨਹੀਂ ਚੱਲਦਾ। ਔਰ ਜਿਹੜੇ ਆਮ ਲੋਕ ਆ ਜਿਹਨੂੰ ਨਹੀਂ ਪਤਾ ਔਰਥੋ ਵਾਲਾ ਡਾਕਟਰ ਅਵੇਲੇਬਲ ਨਹੀਂ ਹੈਗਾ, ਉਹ ਫਿਰ ਉਹ ਪਰਚੀ ਲੈ ਕੇ ਬੇਰੰਗ ਹੋ ਕੇ ਹੀ ਮੁੜਦੇ ਆ, ਬਿਨਾਂ ਜਿਹੜੀਆਂ ਉਹਨਾਂ ਦੀ ਆਸਾਂ ਹੁੰਦੀਆਂ ਆਸਾਂ ਟੁੱਟ ਜਾਂਦੀਆਂ, ਬੇਆਸੇ ਹੋ ਕੇ ਤੁਰਦੇ ਆ, ਉਹਨਾਂ ਨੂੰ ਸਮਝ ਨਹੀਂ ਲੱਗਦੀ ਜਾਈਏ ਤਾਂ ਜਾਈਏ ਕਿੱਥੇ। ਇਸ 'ਤੇ ਸਿਵਲ ਸਰਜਨ ਡਾਕਟਰ ਦਾ ਕੀ ਕਹਿਣਾ ਹੈ? ਦੇਖੋ, ਉਹਨਾਂ ਦਾ ਕਹਿਣਾ ਕਿ ਸਰਕਾਰ ਤੱਕ ਇਹ ਬੜੀ ਵਾਰ ਗੱਲ ਪਹੁੰਚਾ ਦਿੱਤੀ ਗਈ ਹੈ, ਜੋ ਮੈਂ ਅਖਬਾਰ ਦੀ ਕਟਿੰਗ 'ਚੋਂ ਪੜ੍ਹਿਆ, ਉਹ ਕਹਿੰਦੇ ਸਰਕਾਰ ਤੱਕ ਗੱਲ ਪਹੁੰਚਾ ਦਿੱਤੀ ਗਈ ਹੈ ਅਤੇ ਉਮੀਦ ਹੈ ਜਦ ਅਹੁਦੇ ਭਰੇ ਜਾਣਗੇ ਤਾਂ ਇੱਥੇ ਵੀ ਡਾਕਟਰਾਂ ਦੀ ਅਵੇਲੇਬਿਲਿਟੀ ਹੋ ਜਾਵੇਗੀ। ਲੇਕਿਨ ਅਸੀਂ ਇੱਕ ਨਾਲ ਦੇ ਨਾਲ ਹੋਰ ਗੱਲ ਦੱਸ ਦਈਏ, 38 ਅਹੁਦਿਆਂ 'ਚੋਂ 15 ਅਹੁਦੇ ਖਾਲੀ ਆ ਅਤੇ 11 ਮੈਡੀਕਲ ਅਫਸਰਾਂ ਵਿੱਚੋਂ 7 ਮੈਡੀਕਲ ਅਫਸਰ ਦੀ ਜਿਹੜੀਆਂ ਪੋਸਟਾਂ ਉਹ ਖਾਲੀ ਆ, ਤਾਂ ਅਸੀਂ ਸਮਝੀਏ ਜਿਹੜੇ ਕੰਮ ਕਰਦੇ ਆ ਡਾਕਟਰ ਅਵੇਲੇਬਲ ਨੇ ਉਹਨਾਂ 'ਤੇ ਕਿੰਨਾ ਬੋਝ ਆ ਜਾਂਦਾ, ਡਬਲ ਟ੍ਰਿਪਲ ਬੋਝ ਆ ਜਾਂਦਾ। ਔਰ ਹਰ ਇੱਕ ਬੰਦੇ ਦੀ ਆਪਣੀ ਕਪੈਸਿਟੀ, ਅਸੀਂ ਗੱਲ ਨੂੰ ਸਮਝੀਏ, ਮੰਨ ਲਓ ਮੈਂ ਵੀ ਆਪਣਾ ਕੰਮ ਕਰ ਸਕਦਾ ਜਾਂ ਡੇਢਾ ਕਰ ਲਊਂਗਾ, ਜੇ ਦੁੱਗਣਾ ਤਿੱਗਣਾ ਕਰੂੰਗਾ ਤਾਂ ਫਿਰ ਜ਼ਾਹਿਰ ਜੀ ਗੱਲ ਮੈਨੂੰ ਛੁੱਟੀ ਚਾਹੀਦੀ ਹੋਵੇਗੀ। ਇਸ ਕਰਕੇ ਅਸੀਂ ਆਮ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਹੁਣ ਲੋਕ ਸਭਾ ਦੇ ਇਲੈਕਸ਼ਨਸ ਆ, ਦੇਖੋ ਜਿਹੜੇ ਇਸ ਸਮੇਂ ਸਾਡੇ ਮੰਤਰੀ ਆ, ਸਿਹਤ ਮੰਤਰੀ ਆ ਪੰਜਾਬ ਦੇ, ਉਹਨਾਂ ਜ਼ਿਲ੍ਹਾ ਨਵਾਂਸ਼ਹਿਰ ਦੇ ਹੀ ਜੰਮਪਲ ਨੇ, ਉਹ ਜ਼ਿਲ੍ਹਾ ਨਵਾਂਸ਼ਹਿਰ ਜਿਹੜਾ ਉਹਨਾਂ ਦਾ ਜੱਦੀ ਜ਼ਿਲ੍ਹਾ ਆ, ਔਰ ਉਹਨਾਂ ਨੂੰ ਵੀ ਗੱਲ ਸਮਝਣੀ ਚਾਹੀਦੀ ਹੈ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਹ ਜਿਹੜਾ ਸਿਵਲ ਹੋਸਪਿਟਲ ਹੈ, ਔਰ ਕਈ ਸਾਰੇ ਲੋਕ, ਲੱਖਾਂ ਲੋਕਾਂ ਨੂੰ ਇਹ ਜਿਹੜਾ ਹੋਸਪਿਟਲ ਲੱਗਦਾ, ਜਿਹੜੇ ਗਰੀਬੀ ਰੇਖਾ ਤੋਂ ਵੀ ਥੱਲੇ ਆਉਂਦੇ ਆ, ਜਿਹੜੇ ਆਮ ਲੋਕ ਆ, ਜੇ ਇੱਥੇ ਇਹ ਹਾਲਾਤ ਆ, ਔਰਥ ਦਾ ਡਾਕਟਰ ਇੱਕ ਸਾਲ ਤੋਂ ਅਵੇਲੇਬਲ ਨਹੀਂ, ਕਿੰਨੇ ਲੋਕ ਜਿਹੜੇ ਆ ਨਿਰਾਸ਼ ਹੋ ਕੇ ਘਰ ਗਏ ਹੋਣਗੇ, ਕਿੰਨੇ ਲੋਕ ਆ ਜਿਹਨਾਂ ਨੂੰ ਸੁਵਿਧਾ ਨਹੀਂ ਮਿਲੀ ਹੋਵੇਗੀ, ਉਹਨਾਂ ਨੂੰ ਵੀ ਸਮਝਣਾ ਚਾਹੀਦਾ। ਹੁਣ ਲੀਡਰ ਕਹਿ ਤਾਂ ਦਿੰਦੇ ਮੈਨੂੰ ਤੇਰਾ ਹੱਥ ਦੇ ਦਿਓ, ਪਰ ਇੱਥੇ ਤਾਂ ਇੱਕ ਔਰਥ ਵਾਲਾ ਹੱਥ ਨਹੀਂ ਮਿਲ ਰਿਹਾ ਸਾਨੂੰ ਕਿ ਡਾਕਟਰ ਜਿਹੜਾ ਆਮ ਲੋਕਾਂ ਦੀ ਸੇਵਾ ਕਰ ਸਕੇ, ਤਾਂ ਇਹ ਬਹੁਤ ਗੰਭੀਰ ਮਸਲਾ ਹੈ। ਇਹ 'ਤੇ ਜ਼ਰੂਰ ਜਿਹੜਾ ਸਰਕਾਰਾਂ ਨੂੰ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ। ਲੋਕ ਸਭਾ ਇਲੈਕਸ਼ਨ ਵਿੱਚ ਜਿਹੜੇ ਅਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਨੇ, ਉਹਨਾਂ ਅੱਗੇ ਵੀ ਆਮ ਲੋਕਾਂ ਨੂੰ ਇਹ ਗੱਲ ਟੇਕਅਪ ਕਰਨੀ ਚਾਹੀਦੀ, ਸਿਵਲ ਸਰਜਨ ਸਾਹਿਬ ਨੂੰ ਵੀ ਗੱਲ ਪੁੱਟਅਪ ਕਰਨੀ ਚਾਹੀਦੀ ਆ ਕਿ ਸਾਡੇ ਸ਼ਹਿਰ ਵਿੱਚ ਇਹ ਡਾਕਟਰ ਦੀ ਅਵੇਲੇਬਿਲਿਟੀ ਜਲਦੀ ਤੋਂ ਜਲਦੀ ਕਰਾਉਣ।